सत श्रीकाल जी, तुसी देख रहे हो सांझी सो टीवी। मैं सतनाम सिंह उठोई लैके हाजिर हाँ सियासी मसले, जिस विच अक्सर सियासत नाल जुड़े हुए मामलों ते असीं गलबात करते हैं। सो इस ते गलबात करन लई जुड़े हुए ने साडे नाल एडवोकेट कश्मीर सिंह मल्ली जी। मल्ली साहब, बहुत बहुत स्वागत है जी। सत श्रीकाल जी, बहुत थोड़े बहुत स्वागत जी, बहुत मेहरबानी जी। जी मल्ली साहब, पंजाब दी अज सरकार दी कैबिनेट मीटिंग हुई है, बड़े फैसले लए गए ने, किहड़े अहम फैसले आ जिहड़े लोकां पक्षी आए ने जी? देखो अज जिहड़ी मीटिंग होई गई है कैबिनेट दी, उहदे विच सब तों पहिलां तां बड़ी खुशी दी गल है कि वख वख विभागां दे 14,417 जिहड़े कच्चे मुलाजम सीगे उन्हां नूं पक्के कीता गया आ, और इह बहुत बड़ी गल हैगी आ। और दूसरी गल है कि भी इस तों पहिलां भी सिक्ख्या विभाग दे संबंध 13,000 जिहड़े मुलाजम है उह पंजाब सरकार दे पक्के कीते गए सी, और इस दे नाल नाल जिहड़ी गां सीजन होणा कणक दा मंडी दा सीजन होणा हैगा ਉਹਦੇ ਵਿੱਚ ਜੇ ਫੂਡ ਗ੍ਰੇਨ ਦੀ ਹੈਗੀ ਆ, ਮਾਨ ਉਹਦੇ ਨਾਲ ਜੇ ਟਰਾਂਸਪੋਰਟੇਸ਼ਨ ਹੈਗੀ ਆ ਉਹਦੀ ਵਾਕਿਆ ਉਹਦਾ ਜੇ ਟਰੈਕਿੰਗ ਕੀਤੀ ਜਾਵੇਗੀ ਕਿ ਜਿਹੜੇ ਕਿਹੜੇ ਗੱਡੀਆਂ ਉੱਤੇ ਲੋਡ ਹੋ ਰਹੀਆਂ, ਕਿੱਥੇ ਜਾ ਰਹੀਆਂ, ਸਾਰੀ ਨੂੰ ਟਰੈਕਿੰਗ ਕੀਤੀ ਜਾਵੇਗੀ। ਔਰ ਇਹਦੇ ਨਾਲ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਪੰਜਾਬ ਸਰਕਾਰ ਨੇ FCI ਨੂੰ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਜਿਹੜੇ ਦਿਹਾੜੀਦਾਰ ਮਜ਼ਦੂਰ ਹੈਗੇ ਆ ਮੰਡੀਆਂ ਦੇ ਵਿੱਚ, ਉਹਨਾਂ ਦਾ ਜਿਹੜਾ ਵੇਤਨ ਹੈਗਾ ਘੱਟੋ ਘੱਟ 25% ਵਧਾਇਆ ਜਾਵੇ। ਪਰ ਜਿਹੜੀ FCI ਹੈਗੀ ਆ ਉਹਨਾਂ ਨੇ 20% ਵਧਾਉਣ ਦਾ ਵਾਅਦਾ ਕੀਤਾ ਕਿ 20% ਵਧਾਵਾਂਗੇ। ਔਰ ਇਹਦੇ ਨਾਲ ਦੇ ਪੰਜਾਬ ਸਰਕਾਰ ਨੇ ਫਿਰ ਸੋਚਿਆ ਹੈਗਾ, ਫੈਸਲਾ ਕੀਤਾ ਆ ਕਿ 5% ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਮਜ਼ਦੂਰਾਂ ਦੇ ਖਾਤੇ ਵਿੱਚ ਆਪਣੇ ਕੋਲ ਪੈਸੇ ਜਮ੍ਹਾਂ ਕਰਾਏਗੀ, ਜਿਹੜੇ ਕਿ ਘੱਟੋ ਘੱਟ ਕੋਈ 17 ਆਪਣੇ 7-8 ਕਰੋੜ ਰੁਪਇਆ ਜਿਹੜਾ ਐਕਸਟਰਾ ਬਣਦਾ ਹੈਗਾ ਪੇ ਕਰਨ ਵਾਲਾ। ਸੋ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈਗਾ ਆ ਮਜ਼ਦੂਰਾਂ ਦੇ ਹੱਕ ਕੀਤਾ ਆ। ਔਰ ਨਾਲ ਨਾਲ ਇਹਦੇ ਜਿਹੜੀ ਵਾਟਰ ਟੂਰਿਜ਼ਮ ਪੋਲਿਸੀ ਹੈਗੀ ਉਹ ਵੀ ਬਣਾਈ ਗਈ ਹੈਗੀ ਆ। ਔਰ ਇਹਦੇ ਨਾਲ ਨਾਲ ਜੇ 23-24 ਨੂੰ ਇੰਵੈਸਟਮੈਂਟ ਹੋ ਰਹੀ ਹੈਗੀ ਆ ਉਹਦੇ ਵਿੱਚ ਜਿਹੜੀ ਆ ਟੂਰਿਜ਼ਮ ਵਾਲੇ ਜਿਹੜੇ ਹੈਗੇ ਆ ਉਹਨੂੰ ਟੂਰਿਜ਼ਮ ਵਾਸਤੇ ਜਿਹੜੇ ਉਤਸ਼ਾਹਿਤ ਕੀਤਾ ਜਾਏਗਾ ਕਿ ਤੁਸੀਂ ਆਪਣਾ ਟੂਰਿਜ਼ਮ ਕਰਾਓ ਕੰਪਨੀ ਹੈਗੀ ਆ। ਔਰ ਨਾਲ ਨਾਲ ਵਾਟਰ ਰਿਲੇਟਡ ਸਪੋਰਟਸ ਜਿਹੜੀ ਹੈਗੀ ਆ ਉਹਨੂੰ ਉਤਸ਼ਾਹਿਤ ਕਰਨ ਦਾ ਜਿਹੜਾ ਹੈਗਾ ਉਪਰਾਲਾ ਕੀਤਾ ਜਾਵੇਗਾ। ਅਤੇ ਇਹਦੇ ਨਾਲ ਨਾਲ ਜਿਹੜੀ ਰਿਲੀਜੀਅਸ ਟੂਰਿਜ਼ਮ ਹੈਗੀ ਆ ਪੰਜਾਬ ਦੇ ਵਿੱਚ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜੋ ਰਿਲੀਜੀਅਸ ਟੂਰਿਜ਼ਮ ਹੈਗੀ ਆ ਉਹਨੂੰ ਵੀ ਉਤਸ਼ਾਹਿਤ ਕੀਤਾ ਜਾਏਗਾ। ਔਰ ਇਹਦੇ ਨਾਲ ਨਾਲ ਜਿਹੜੀ ਪੁਰਾਣੀ ਪੈਨਸ਼ਨ ਹੈਗੀ ਆ ਉਹਦੇ ਵਾਸਤੇ ਕਮੇਟੀ ਬਣਾਈ ਗਈ ਆ ਕਿ ਜੇ ਪੁਰਾਣੀ ਪੈਨਸ਼ਨ ਹੈਗੀ ਉਹਨੂੰ ਬਹਾਲ ਕਿੱਦਾਂ ਕਰਨਾ ਹੈਗਾ ਆ। ਔਰ ਨਾਲ ਨਾਲ ਜਿਹੜੇ ਗਰੀਬ ਹੈਗੇ ਪੰਜਾਬ ਦੇ ਵਿੱਚ ਗਰੀਬ ਲੋਕ ਹੈਗੇ ਆ ਉਹਨਾਂ ਲਈ ਅਫੋਰਡੇਬਲ ਹਾਊਸਿੰਗ ਫਾਰ ਐਵਰੀ ਵਨ ਜਿਹੜੇ ਹੈਗੇ ਆ ਗਰੀਬ ਬੰਦੇ ਹੈਗੇ ਆ ਉਹਨਾਂ ਵਾਸਤੇ ਜਿਹੜੇ ਹੈਗੇ ਆ ਉਹ ਸਕੀਮ ਤਿਆਰ ਕੀਤੀ ਜਾਵੇਗੀ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੀ ਹੈਗੀਆਂ ਅੱਜ ਪੋਲਿਸੀਆਂ ਬਣਾਈਆਂ ਗਈਆਂ ਹੈਗੀਆਂ। ਸੋ ਜਿਹੜੀਆਂ ਮੇਨ ਪੋਲਿਸੀਆਂ ਹੈਗੀਆਂ ਅੱਜ ਇਹ ਦਿੱਤੀਆਂ ਗਈਆਂ। ਔਰ ਜਿਹੜੇ ਮੁਲਾਜ਼ਮ ਕਿੱਥੇ ਮੁਲਾਜ਼ਮ ਸੀ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈਗੀ ਕਿ 14,417 ਜਿਹੜੇ ਮੁਲਾਜ਼ਮ ਕੱਚੇ ਸੀਗੇ ਉਹ ਪੱਕੇ ਕੀਤੇ ਆ ਅਲੱਗ ਅਲੱਗ ਡਿਪਾਰਟਮੈਂਟ ਵਿੱਚ। ਔਰ ਇਸ ਤੋਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਵੀ 13 ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਸੀਗੇ ਜੀ। ਮੱਲੀ ਸਾਹਿਬ, ਜੇਕਰ ਗੱਲ ਕਰੀਏ ਤਾਂ ਪਹਿਲਾਂ 36,000 ਮੁਲਾਜ਼ਮਾਂ ਦੀ ਗੱਲ ਕਰ ਹੋ ਰਹੀ ਸੀ, ਹੁਣ 14,000 ਹੋਏ ਆ, ਕੀ ਇੰਨਾ ਫਾਸਲਾ ਕਿਵੇਂ ਹੋ ਗਿਆ ਕਿ ਹੁਣ 14,417 'ਤੇ ਹੀ ਆ ਕੇ ਸਰਕਾਰ ਨੂੰ ਰੋਕਣਾ ਪਿਆ? ਦੇਖੋ ਹੌਲੀ ਹੌਲੀ ਜਿਹੜੇ ਪੰਜਾਬ ਸਰਕਾਰ ਹੈਗੀ ਆ ਸਾਰੇ ਮੁਲਾਜ਼ਮ ਜਿਹੜੇ ਕੱਚੇ ਹੈਗੇ ਉਹਨੂੰ ਪੱਕੇ ਕੀਤਾ ਜਾਏਗਾ, ਇਹ ਨਹੀਂ ਵੀ ਇੱਥੇ ਰੋਕ ਲੱਗ ਗਈ ਹੈਗੀ ਆ। ਔਰ ਫਿਲਹਾਲ ਜਿਹੜੇ 17,417 ਜਿਹੜੇ 14,417 ਦੇ ਮੁਲਾਜ਼ਮ ਹੈ ਉਹ ਪੱਕੇ ਕੀਤੇ ਗਏ ਹੈਗੇ, ਅਤੇ ਹੌਲੀ ਹੌਲੀ ਬਾਕੀ ਵੀ ਕੱਚੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਵਿਦ ਆ ਪੈਸੇ ਟਾਈਮ ਹੌਲੀ ਹੌਲੀ ਸਾਰਿਆਂ ਨੂੰ ਜਿਹੜਾ ਪੱਕਾ ਕੀਤਾ ਜਾਏਗਾ। ਪੰਜਾਬ ਸਰਕਾਰ ਦੀ ਪੋਲਿਸੀ ਹੈਗੀ ਆ ਔਰ ਜਿੰਨੇ ਵੀ ਕੱਚੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਹੈ ਨਹੀਂ, ਸਾਰੇ ਜਿਹੜੇ ਪੰਜਾਬ ਸਰਕਾਰ ਹੈ ਪੱਕੇ ਕਰੇਗੀ ਜੀ ਉਹਨਾਂ ਨੂੰ ਜੀ। ਜੇਕਰ ਮੱਲੀ ਸਾਹਿਬ ਗੱਲ ਕਰੀਏ ਤਾਂ ਜਲੰਧਰ ਦੀ ਜ਼ਿਮਨੀ ਚੋਣ ਵੀ ਹੋਣ ਜਾ ਰਹੀ ਹੈ ਅਤੇ ਜਲਦੀ ਉਸਦਾ ਅਨਾਊਂਸਮੈਂਟ ਵੀ ਹੋ ਜਾਏਗੀ, ਕੀ ਉਸ ਨੂੰ ਦੇਖ ਕੇ ਤਾਂ ਨਹੀਂ ਸਰਕਾਰ ਵੱਲੋਂ ਇਹ ਅਜਿਹੇ ਫੈਸਲੇ ਲਏ ਗਏ? ਕਿਉਂਕਿ ਇਸ ਵਿੱਚ ਕਿਹਾ ਜਾ ਰਿਹਾ ਕਿ ਕੱਚੇ ਘਰ ਜਿਹੜੇ ਆ ਬਣਾ ਕੇ ਦਿੱਤੇ ਜਾਣਗੇ, ਜਿਹੜਾ ਕੋਲ ਘਰ ਨਹੀਂ ਹੈ, ਛੱਤ ਨਹੀਂ ਹੈ। ਨਹੀਂ, ਇਹ ਤਾਂ ਜਿਹੜਾ ਸਾਡਾ ਮੈਨੀਫੈਸਟੋ ਸੀ ਉਹਦੇ ਵਿੱਚ ਸੀ ਕਿ ਅਸੀਂ ਜਿਹੜੇ ਕੱਚੇ ਮੁਲਾਜ਼ਮ ਸਾਰੇ ਪੱਕੇ ਕਰਾਂਗੇ ਅਤੇ ਬਾਕੀ ਜੋਬਾਂ ਦੇਵਾਂਗੇ। ਕੋਈ ਇੱਦਾਂ ਦੀ ਗੱਲ ਨਹੀਂ ਕਿ ਇਲੈਕਸ਼ਨ ਹੋਣ ਕਰਕੇ ਜਿਹੜੀ ਹੈਗੀ ਇਹ ਕੀ ਆ, ਇਹ ਤਾਂ ਸਾਡੇ ਪਹਿਲੇ ਸਾਡੇ ਆ ਜਿਹੜਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਜਿਹੜੇ ਗਰੀਬ ਹੈਗੇ ਆ ਉਹਨਾਂ ਨੂੰ ਪੱਕੇ ਘਰ ਦਿੱਤੇ ਜਾਣਗੇ। ਔਰ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਜਿਹੜੀ ਇਲੈਕਸ਼ਨ ਹੋਣ ਕਰਕੇ ਜਿਹੜੀ ਆ ਇਹ ਅੱਜ ਅਨਾਊਂਸ ਕੀਤਾ ਗਿਆ ਹੈਗਾ ਆ ਜੀ। ਅੱਜ ਕੌਮਾਂਤਰੀ ਪੱਧਰ 'ਤੇ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ, ਇਸ ਨੂੰ ਲੈ ਕੇ ਸਰਕਾਰ ਵੱਲੋਂ ਹੁਕਮ ਵੀ ਜਾਰੀ ਹੋਏ ਹੋਏ ਨੇ ਕਿ 21 ਫਰਵਰੀ ਤੱਕ ਜਿਹੜੇ ਸਾਈਨ ਬੋਰਡ ਨੇ
ਪੰਜਾਬੀ ਵਿੱਚ ਹੋਣੇ ਲਾਜ਼ਮੀ ਨੇ। ਇੱਥੋਂ ਤੱਕ ਕਿ ਸੀਐਮ ਮਾਨ ਨੇ ਅੱਜ ਐਲਾਨ ਵੀ ਕੀਤਾ ਕਿ ਜਿਹੜੇ ਛੋਟੇ ਦੁਕਾਨਾਂ ਦੇ ਮਾਲਕ ਨੇ ਉਹਨਾਂ ਦੇ ਜੇਕਰ ਇੰਨਾ ਪੈਸਾ ਨਹੀਂ ਹੈ ਕਿ ਉਹ ਪੰਜਾਬੀ 'ਚ ਬੋਰਡ ਲਗਵਾਉਣ ਤਾਂ ਉਹਨਾਂ ਨੂੰ ਬੋਰਡ ਵੀ ਜਿਹੜੇ ਸਰਕਾਰ ਲਗਵਾ ਕੇ ਦੇਵੇਗੀ। ਕੀ ਲੱਗਦਾ ਕਿ ਇਸ ਦਾ ਅਸਰ ਲੋਕਾਂ 'ਤੇ ਦਿਖਾਈ ਦੇਵੇਗਾ ਜੀ? ਬਿਲਕੁਲ ਦੇਖਿਆ ਜੀ, ਜਿਹੜੀ ਮਾਂ ਬੋਲੀ ਹੈਗੀ ਆ ਸਾਡੀ ਮਾਂ ਬੋਲੀ ਪੰਜਾਬੀ ਹੈਗੀ ਆ, ਸੋ ਸਾਡਾ ਸਾਰੇ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਜਿੱਥੇ ਜਿੱਥੇ ਤੁਸੀਂ ਆਪਣੇ ਸਾਈਨ ਬੋਰਡ ਲਾਏ ਹੈਗੇ, ਆਪਣੇ ਬਿਜ਼ਨਸ 'ਤੇ ਲਾਏ ਹੈਗੇ, ਆਪਣੇ ਆਫਿਸ ਵਿੱਚ ਲਾਏ ਹੈਗੇ ਆ, ਉਹਨਾਂ ਦੇ ਉੱਪਰ ਜਿਹੜੀ ਸਭ ਤੋਂ ਫਟੋ 'ਤੇ ਪੰਜਾਬੀ ਹੋਣੀ ਚਾਹੀਦੀ ਹੈਗੀ ਆ। ਇਹ ਬੜੀ ਚੰਗੀ ਗੱਲ ਹੈਗੀ ਆ ਕਿ ਜਿਹੜੀ ਪੰਜਾਬੀ ਹੈਗੀ ਆ, ਪੰਜਾਬ ਸਰਕਾਰ ਉਹਨੂੰ ਜਿਹੜੀ ਹੈਗੀ ਆ ਮਹੱਤਤਾ ਦੇ ਰਹੀ ਹੈਗੀ ਆ ਕਿ ਜਿਹੜੀ ਸਾਡੀ ਪੰਜਾਬੀ ਹੈਗੀ ਆ, ਇਹ ਸਾਡੇ ਸਾਰੇ ਬੋਰਡ ਹੈਗੇ ਪੰਜਾਬੀ ਹੋਣੇ ਚਾਹੀਦੇ ਆ। ਇਹਦੇ ਨਾਲ ਨਾਲ ਸਕੂਲਾਂ ਵਿੱਚ ਵੀ ਤੁਹਾਨੂੰ ਪਤਾ ਹੈ ਵੀ ਗੌਰਮੈਂਟ ਨੇ ਕਿਹਾ ਹੈਗਾ ਕਿ ਇੱਕ ਪਾਸੇ ਪੰਜਾਬੀ ਜਿਹੜੀ ਕਰਨੀ ਹੈਗੀ ਆ 10ਵੀਂ ਤੱਕ, ਅਤੇ ਇਹ ਬਹੁਤ ਚੰਗੀ ਗੱਲ ਹੈਗੀ ਆ। ਸੋ ਜਿਹੜੇ ਵੀ ਦੁਕਾਨਦਾਰ ਆ ਇਸ ਤਰ੍ਹਾਂ ਮਹਿਸੂਸ ਕਰਦੇ ਹੈਗੇ ਕਿ ਅਸੀਂ ਸਾਡੇ ਆਮਦਨੀ ਬਹੁਤੀ ਨਹੀਂ ਹੈਗੀ ਅਤੇ ਅਸੀਂ ਜਿਹੜੇ ਹੈਗੇ ਆ ਇਹ ਬੋਰਡ ਸਾਹਿਬ ਪੰਜਾਬੀ ਨਹੀਂ ਲਾ ਸਕਦੇ, ਤਾਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈਗਾ ਆ। ਉਹਨਾਂ ਨੇ ਕਿਹਾ ਕਿ ਜਿਹੜੇ ਨਹੀਂ ਲਾ ਸਕਦੇ ਅਸੀਂ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਬੋਰਡ ਉਹਨੇ ਲਾ ਦੇਵੇਗੀ, ਔਰ ਹਰੇਕ ਜਿਹੜਾ ਇੱਦਾਂ ਦੁਕਾਨਦਾਰ ਲੋੜਵੰਦ ਹੈਗਾ ਆ ਉਹ ਪੰਜਾਬ ਸਰਕਾਰ ਨੂੰ ਉਪਰੋਧ ਕਰ ਸਕਦਾ ਹੈਗਾ ਅਤੇ ਉਹਨੇ ਬੋਰਡ ਦੇ ਪੰਜਾਬ ਸਰਕਾਰ ਫ੍ਰੀ ਆਫ ਕੋਸਟ ਜਾਏਗੀ ਜੀ। ਇੱਕ ਮਾਮਲਾ ਬਹੁਤ ਗੂੰਜ ਰਿਹਾ ਜੀ, ਵਿਰੋਧੀ ਧਿਰਾਂ ਵੱਲੋਂ ਖੂਬ ਚੱਕਿਆ ਜਾ ਰਿਹਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਰਸਤੇ 'ਚ ਹੈਰੀਟੇਜ ਸਟਰੀਟ 'ਤੇ ਜਿਹੜੀ ਸਕਰੀਨਾਂ ਲੱਗੀਆਂ ਹੋਈਆਂ ਨੇ ਉੱਥੇ ਹੁਣ ਸੀਐਮ ਮਾਨ ਦੀ ਐਡ ਚੱਲਦੀ ਹੈ, ਜਦੋਂ ਕਿ ਉੱਥੇ ਗੁਰੂ ਬਾਣੀ ਸ਼ਬਦ ਕੀਰਤਨ ਚੱਲਦਾ ਹੈ, ਪਰ ਹੁਣ ਸੀਐਮ ਮਾਨ ਦੀ ਐਡ ਚੱਲ ਰਹੀ ਹੈ, ਵਿਰੋਧੀ ਧਿਰ ਇਸ ਨੂੰ ਲੈ ਕੇ ਕਾਫੀ ਖਫਾ ਦਿਖਾਈ ਦੇ ਰਿਹਾ। ਕਿਵੇਂ ਦੇਖਦੇ ਹੋ ਇਹ ਮਾਮਲਾ, ਕੀ ਕਾਰਨ ਲੱਗ ਰਹੇ ਨੇ ਕਿ ਅੱਜ ਮਾਨ ਸੀਐਮ ਮਾਨ ਨੂੰ ਉੱਥੇ ਵੀ ਆਪਣੀ ਐਡਵਰਟਾਈਜ਼ਮੈਂਟ ਕਰਨੀ ਪੈ ਗਈ? ਦੇਖੋ ਜੀ, ਜਿਹੜੇ ਹੈਗੇ ਆ ਉੱਥੇ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈਗਾ ਉਹ ਤਾਂ ਉੱਥੇ ਲਗਾਤਾਰ ਚੱਲ ਰਿਹਾ ਹੈਗਾ, ਪਰ ਕਿਤੇ ਕਿਤੇ ਵਿੱਚ ਵਿੱਚ ਜਿਹੜੇ ਹੈਗੇ ਆ ਉਹ ਪੰਜਾਬ ਸਰਕਾਰ ਨੇ ਆਪਣੀ ਐਡ ਦਿੱਤੀ ਹੈਗੀ ਆ, ਅਤੇ ਇਹ ਕੋਈ ਖਾਸ ਕੋਈ ਗੱਲ ਹੈ ਨਹੀਂ। ਉਹ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਹੈਗਾ ਉਹ ਤਾਂ ਲਗਾਤਾਰ ਚੱਲਦਾ ਹੈਗਾ ਆ, ਜੇ ਉਹਦੇ ਵਿੱਚ ਕਿਤੇ ਤਾਂ ਐਡ ਦੇ ਦਿੱਤਿਆ, ਕੋਈ ਵੱਡੀ ਗੱਲ ਹੈ ਨਹੀਂ। ਉਹ ਇਹ ਕੋਈ ਮੁੱਦਾ ਬਣਾਉਣ ਵਾਲੀ ਗੱਲ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਕਿਉਂ ਦਿੱਤਾ ਹੈਗਾ ਆ, ਜਿੱਦਾਂ ਪਹਿਲੀਆਂ ਸਰਕਾਰਾਂ ਸੀਗੀਆਂ ਜਿੱਦਾਂ ਬਾਦਲ ਸਾਹਿਬ ਸੀ, ਉਹਨਾਂ ਨੇ ਵੀ ਆਪਣੀ ਜਿਹੜੀ ਐਡ ਇੱਦਾਂ ਲਗਾਤਾਰ ਚੱਲਦੀ ਹੁੰਦੀ ਸੀਗੀ ਕਈਆਂ 'ਚ ਮਤਲਬ ਜਗ੍ਹਾ 'ਤੇ, ਅਤੇ ਇਹ ਕੋਈ ਬੜੀ ਗੱਲ ਹੈ ਨਹੀਂ ਹੋ, ਇਹ ਮੁੱਦਾ ਬਣਾਉਣ ਦੀ ਕੋਈ ਗੱਲ ਹੈ ਨਹੀਂ ਹੋ। ਜੇ ਤਾਂ ਨਾ ਰੈਗੂਲਰ ਚੱਲਦੀ ਹੋਵੇ ਫਿਰ ਤਾਂ ਆਪਾਂ ਕਹਿ ਸਕਦੇ ਹਾਂ, ਪਰ ਜੇ ਗੁਰੂ ਗੁਰਬਾਣੀ ਦੇ ਪ੍ਰਸਾਰਨ ਹੈਗਾ ਉਹ ਲਗਾਤਾਰ ਚੱਲਦਾ, ਉਹਦੇ ਵਿੱਚ ਕਿਤੇ ਕਿਤੇ ਜਿਹੜੀ ਹੈਗੀ ਹੈ ਐਡ ਨਹੀਂ। ਮਾਨ ਮੱਲੀ ਸਾਹਿਬ, ਜੇਕਰ ਗੱਲ ਕਰੀਏ ਕਿ ਇਹ ਵਾਜਬ ਹੈ ਕਿ ਐਡ ਦੇਣਾ ਜ਼ਰੂਰੀ ਹੈ ਉੱਥੇ, ਕਿਉਂਕਿ ਆਪ ਸਰਕਾਰ ਜਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਜੇਕਰ ਕੰਮ ਹੋਏ ਨੇ ਤਾਂ ਕੰਮ ਆਪਣੇ ਆਪ ਬੋਲ ਰਹੇ, ਜਿਵੇਂ ਅੱਜ ਜਿਵੇਂ 14,417 ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਏ ਨੇ, ਹੁਣ ਜਾ ਰਹੇ ਨੇ, ਫੈਸਲਾ ਲਿਆ ਗਿਆ, ਉਹ ਕੰਮ ਆਪਣੇ ਆਪ ਬੋਲਣਗੇ ਤਾਂ ਐਡ ਕਰਨ ਦੀ ਕੀ ਲੋੜ ਪੈ ਗਈ ਜੀ? ਦੇਖ, ਸਾਰੀਆਂ ਸਰਕਾਰਾਂ ਜਿਹੜੀਆਂ ਆਪਣੇ ਐਡ ਕਰਦੀਆਂ, ਇਹ ਇਕੱਲੇ ਪੰਜਾਬ ਸਰਕਾਰ ਹੀ ਕਰ ਰਹੀ, ਪੰਜਾਬ ਵਿੱਚ ਜਿੰਨੀਆਂ ਆਪਣੇ ਇੰਡੀਆ ਵਿੱਚ ਜਿੰਨੀਆਂ ਸਰਕਾਰਾਂ ਹੈਗੀਆਂ ਉਹ ਵੀ ਕਰਦੀਆਂ ਹੈਗੀਆਂ, ਪਲੱਸ ਸੈਂਟਰ ਸਰਕਾਰ ਵੀ ਆਪਣੀ ਐਡ ਕਰਦੀ ਹੈਗੀ ਆ। ਸੋ ਇਹ ਮੁੱਦਾ ਬਣਾਉਣ ਗੱਲ ਹੈ ਨਹੀਂ, ਜੇ ਐਡ ਅਸੀਂ ਆਪਣੀ ਦੇ ਦਿੱਤੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਇਹ ਕੋਈ ਵੱਡੀ ਗੱਲ ਨਹੀਂ, ਤੁਸੀਂ ਬਾਕੀ ਸਰਕਾਰਾਂ ਸਾਰਾ ਦੇਖੋ, ਸਾਰੀ ਸਰਕਾਰਾਂ ਐਡ ਕਰਦੀਆਂ ਹੈਗੀਆਂ, ਅੱਗੇ ਜ਼ਮਾਨਾ ਹੀ ਐਡ ਤਾਂ ਹੈਗਾ ਆ। ਜਿੰਨਾ ਅਸੀਂ ਕੰਮ ਕੀਤਾ ਜੇ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਤਾਂ ਹੀ ਮਤਲਬ ਲੋਕਾਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਇਹ ਕੰਮ ਕਰ ਰਹੀ ਹੈਗੀ ਆ। ਸੋ ਜ਼ਰੂਰੀ ਨਹੀਂ ਕਿ ਹਰੇਕ ਜਿਹੜਾ ਬੰਦਾ ਹੈਗਾ ਆ ਉਹ ਵਟਸਐਪ ਦੇਖਦਾ ਆ ਜਾਂ ਟੀਵੀ ਦੇਖਦਾ ਆ, ਜੇ ਇੱਦਾਂ ਐਡ ਕਰ ਦਿੱਤੀ ਆ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ, ਇਹ ਕੋਈ ਵਧੀਆ ਗੱਲ ਹੈਗੀ ਆ। ਜੇ ਐਡ ਦੇ ਦਿੱਤੀ ਸਾਰੀ ਸਰਕਾਰ ਦੇ ਰਹੀ ਹੈ, ਸਾਡੀ ਪੰਜਾਬ ਸਰਕਾਰ ਤੋਂ ਅਨੋਖੀ ਗੱਲ ਹੀ ਕੀਤੀ ਇਹਨਾਂ ਨੇ ਜੀ। ਜੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਾਮਲਾ ਜਿੱਥੇ ਖੂਬ ਗੂੰਜ ਰਿਹਾ, ਇਸੇ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸਖਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੇ ਤੋਂ ਵੀ ਦਸਤਖਤ ਕਰਵਾਏ ਗਏ ਨੇ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਪਰ ਮੈਨੂੰ ਹਜੇ ਤੱਕ ਲਿਸਟ ਨਹੀਂ ਦਿੱਤੀ ਗਈ ਕਿ ਕਿਹੜੇ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਨੇ, ਜਦੋਂ ਕਿ ਵੱਡੇ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਸ ਦਾ ਪ੍ਰਚਾਰ ਕਰ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ, ਪਰ ਉਹਨਾਂ ਕੋਲ ਹਾਲੇ ਤੱਕ ਲਿਸਟ ਨਹੀਂ ਪਹੁੰਚੀ। ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਜੀ? ਦੇਖੋ, ਇਹਦੇ ਬਾਅਦ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈਗੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਉਹ ਹੀ ਬਾਅਦ ਹੋ ਗਿਆ ਵੀ ਉਹਨੇ ਕੀ ਡੈਸ ਜਾਰੀ ਕੀਤੇ ਨਹੀਂ ਕੀਤੀ। ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਛੁਆਉਣ ਵਾਸਤੇ ਮੋਰਚਾ ਲੱਗਿਆ ਹੈਗਾ ਆ ਜਾਂ ਉਹਨੇ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਦਾ ਫਰਜ਼ ਬਣਦਾ ਕਿ ਇਹ ਸਾਡੇ ਬੰਦੀ ਸਿੱਖ ਹੈਗੇ ਆ ਅਤੇ ਇਹਨਾਂ ਨੂੰ ਰਿਹਾਈ, ਇਹਨੇ ਰਿਹਾਈ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜਾ ਕੁਸ਼ਚਨ ਹੈਗਾ ਹੈ ਇਹ ਅਕਾਲੀ ਦਲ ਨੂੰ ਜਾਂ ਸ਼੍ਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਜਿਹੜੇ ਬੰਦੀ ਛੋੜ ਉੱਥੇ ਮਤਲਬ ਕਰ ਰਹੇ ਹੈਗੇ ਆ ਲਿਸਟ ਤਿਆਰ ਕਰ, ਉਹਨਾਂ ਨੂੰ ਚਾਹੀਦਾ ਹੈਗਾ ਕਿ ਇਹ ਜਿਹੜਾ ਲਿਸਟ ਦਿੱਤੀ ਜਾਵੇ ਤਾਂ ਕਿ ਸੈਂਟਰ ਸਰਕਾਰ ਤੋਂ ਸਪੈਸੀਫਿਕ ਬੰਦਿਆਂ ਦੀ ਜਿਹੜੀ ਹੈਗੀ ਆ ਮੰਗ ਕੀਤੀ ਜਾਵੇ, ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਨੂੰ ਰਿਹਾਅ ਹੋਣਾ ਚਾਹੀਦਾ, ਕਰਨਾ ਚਾਹੀਦਾ ਹੈਗਾ। ਮੇਰੇ ਹਿਸਾਬ ਨਾਲ ਹੋ ਸਕਦਾ ਸੈਂਟਰ ਸਰਕਾਰ ਨੂੰ ਪਤਾ ਵੀ ਹੈਗਾ ਵੀ ਕਿਹੜੇ ਕਿਹੜੇ ਬੰਦੇ ਹੈਗੇ ਆ, ਲਿਸਟ ਕੋਈ ਗਏ ਵੀ ਹੋਗੀ, ਪਰ ਜੇ ਲਿਸਟ ਨਹੀਂ ਵੀ ਗਏ ਤਾਂ ਵੀ ਇਹਨਾਂ ਫਰਜ਼ ਬਣਦਾ ਕਿ
ਜੇ ਸਾਡੀ ਸਰਕਾਰ ਹੈਗੀ ਆ, ਅਸੀਂ ਚਾਹੁੰਦੇ ਕਿ ਬੰਦੀਆਂ ਸਿੱਖਿਆ ਜਿਨ੍ਹਾਂ ਨੇ ਸਜ਼ਾਵਾਂ ਪੂਰਾ ਕੀਤੀਆਂ ਹੈਗੀਆਂ ਆ, ਉਹਨਾਂ ਨੂੰ ਰਿਹਾਅ ਹੋਣਾ ਚਾਹੀਦਾ ਹੈ। ਕੋਈ ਇੱਦਾਂ ਕਾਨੂੰਨ ਹੈ ਨਹੀਂ ਹੈ ਦੁਨੀਆ ਭਰ 'ਚ, ਨਾ ਇੰਡੀਆ ਵਿੱਚ ਇੱਦਾਂ ਕਾਨੂੰਨ ਹੈਗਾ ਕਿ ਜਿਨ੍ਹਾਂ ਦੋਸ਼ੀਆਂ ਨੇ ਆਪਣੀ ਸਜ਼ਾਵਾਂ ਪੂਰੀ ਕੀਤੀ ਹੈਗੇ ਆ, ਉਹਨਾਂ ਨੂੰ ਨਾ ਛੱਡਿਆ ਜਾਵੇ। ਇਸ ਕਰਕੇ ਅਸੀਂ ਸਾਡੀ ਸਰਕਾਰ ਚਾਹੁੰਦੀ ਆ ਕਿ ਜਿਹੜੇ ਬੰਦੀ ਸਿੱਖ ਹੈਗੇ ਆ, ਜਿਹਨੇ ਆਪਣੀ ਸਜ਼ਾਵਾਂ ਪੂਰੀਆਂ ਕੀਤੀਆਂ ਹੈਗੀਆਂ, जी मल्ली सर गल करिए, कल भाई राजोआणा ने बड़ा बयान दिता। उन्होंने कहा कि कौमी इंसाफ मोर्चे तो मैं दूर हाँ, मेरा ये संबंध नहीं है। और उन्होंने इतों तक कह दिता कि मैं अकाली हाँ, अकाली ही रहाँगा। पर जदों उन्हां दी सज़ा माफ़ हुई सी, उदों समूह सिख संगत सड़कों पर उतरिया सी, प्रकाश सिंह बादल की सरकार सी, तो उन्होंने मजबूरी वास जिहड़ा एक पत्र भी लिखना पिया केंद्र सरकार नूं, तां जाके उन्हां दी सज़ा जिहड़ी उम्र कैद च तब्दील हुई फांसी की सज़ा। पर वो एक पासे सीधा कह रहे हैं कि वो उन्होंने उन्हां लई जिहड़ा बादल सरकार ने बड़ा काम किया, इस मामले नूं किवें देख रहे हो? देखो जदों सरकार सी अकाली अकाली अज सरकार सी, ठीक है उन्हें किया है, लेकिन एक कल बंदी सिख नहीं है, इहदे नाल होर भी सैकड़े जिहड़े हैगे आ बंदी सिख हैगे आ, जिन्हें रिहाई का उपराला किया जा रहा है। सो उन्होंने कहना कि मैं अकाली ही अकाली है, तो बाकी मेरे उनका कोई संबंध नहीं है, ये उनका पर्सनल विचार है। क्वेश्चन है कि जे इस श्रोमणी अकाली दल वालों तो नहीं उन्होंने कोई बयानबाजी देने लिए कहा गया, क्योंकि जेकर जमीनी चोण की गल करिए संगरूर की, उत्थे जिहड़ा बलवंत सिंह राजोआणा की भैन में चोण लड़ाई गई, कि उधरों तो नहीं कोई दबदबा बनवाया जा रहा? हो सकता जी, ये हो सकता प्रिंट का स्टेटमेंट हो सकती है राजोआणा साहब की, तो असं भी चाहते कि राजोआणा साहब जोड़े मतलब बहर आने चाहिए है, तो जी उन्हें सजा हैगी फांसी सजा हैगी उम्र कैद में तब्दील होनी चाहिए हैगी, और जिनी सजा उन्हें भुगती हैगी उस तो बाद बनी रिहा होनी चाहिए है। पर यह स्टेटमेंट हैगी पॉसीबिलिटी हैगी कि पोलीटिकल स्टेटमेंट हैगी और किसी भी राजनीतिक पार्टी के कहते स्टेटमेंट होगी जी। जुर्म की दुनिया ते काबू पाने लई पंजाब पुलिस ने कई जिलों में छापेमारी की है, कि लगता ठल पवेगी जी? बिल्कुल जी ठल पेगी पेगी, जो पंजाब सरकार बिल्कुल इंडिपेंडेंट काम कर रही है, कोई उन्होंने प्रेशर किसी तरह तरह का इंडिपेंडेंट काम कर रही है, और पंजाब जिन्हें भी वारदातें हो रही है पंजाब क्राइम हैगा वो काफ़ी घट गया, कल परसों रिपोर्ट भी देखी होनी है, ये तो जो कहा गया सेंटर वालों कि पंजाब जिहड़ा है क्राइम कितना घटिया है, तो जिहड़ी पंजाब सरकार हैगी पूरे कोशिश कर रही है जिन्हें वारदातें हो रही है क्राइम के, वह प्लस जो नशे के सवागर है जब नशा बेचते हैं कल बहुत वड्डी वारदातें देखने मिली है कि फिरोजपुर एक लेडीज़ को पेशी दौरान कृपाना ना वड़ दिता, जदों के पुलिस मुलाजम उत्थे खुद देख रहे थे, उदों क्यों नहीं उन्होंने उत्थे कार्रवाई की गई, तो जो अजिंह वारदातें होंदिया ने उस तो बाद जी पुलिस लग जाती है जाँच पड़ताल कर पार्टी कोई जी वारदात हो जाए तो मैं कह नहीं सकता, लेकिन ओवरऑल जो देखा जाए तो जी पंजाब पुलिस हैगी वो बहुत मुस्तैदी ना काम कर रही हैगी, और पहले नाल जो क्राइम रेट हैगा आ वो काफ़ी घटिया पंजाब दे विच, ये सेंटर सरकार की जी है रिपोर्ट उहदे विच भी दर्शाया गया है जी। जी नहीं सर गल कर लें मल्ली साहब, वारदातें दिनों दिन बढ़ रही ने, इतों तक कि लुधियाना के एक पिंड टूरनामेंट चल रहा है, गैंगस्टर की सहत गैंगस्टर के दबदबाव कारण वो रद्द करना पै गया, अजिहा की कारण लग रहा है कि जिहड़े कानूनी स्थिति आ वो अपना दबदबा लोगों पर नहीं बना पा रही, तो वारदातें आए दिन बढ़ रही ने? गल मतलब ये नहीं है कि जो वारदात पहले सरकार पर होंगे नहीं सी, पहले सरकार वेले वारदात बहुत होंगे सगिया, लेकिन जो मौजूदा सरकार हैगी ठीक है साड़ी सरकार हैगी जिन्हें वारदातों ठल पाउणी हैगी आ, ये पंजाब पुलिस का काम हैगी, जो पंजाब पुलिस है जिदा तुहानूं पहले दस्सिया गया बहुत ही मुस्तैदी नाल काम कर रही हैगी, जिन्हें वारदातें हो रही है उन्होंने नत्थ पाउण वास्ते काफ़ी जिहड़ा हैगा वधिया ढंग नाल पंजाब पुलिस काम कर रही हैगी, थां थां नाके लाए जा रहे हैगे आ, और जिहड़े वहीकल्स हैगे आ उन्हें चैकिंग की जा रही है, जो कोई ऑब्जेक्शन मिले तो हथियार मिलता है जो कोई नशा काफ़ी उत्तर इदा कई कई किसान फड़िया जाता है, तो इस करके पंजाब पुलिस हैगी बहुत बढ़िया मुस्तैदियां काम कर रही हैगी, वारदात घटाने पर पूरा जोर लगा उन्हों का, तो प्लस जोड़े आ नशे तस्कर है उन्होंने फंड वास्ते जी पंजाब पुलिस का पूरा जोर लगा है, तो मैंने पूरा आस हैगी क्योंकि जोड़े क्राइम हैगा ज नशा हैगा बिल्कुल बंद तो हो नहीं सकता है, बाहरिया देशों में भी सारा चलता है, लेकिन साड़ी सरकार जी है पूरी कोशिश कर रही है कि ये नकेल पाई जाए जिन्ना मिनीम हो सके उन्ना हो जी। जी
ਤੇ ਆਉਣ ਵਾਲੇ ਦਿਨਾਂ 'ਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਮਿਲੇਗਾ, ਵਾਰਦਾਤਾਂ 'ਚ ਕਮੀ ਆਏਗੀ ਜੀ? ਬਿਲਕੁਲ ਬਿਲਕੁਲ, ਜਿੱਦਾਂ ਤੁਹਾਨੂੰ ਮੈਂ ਦੱਸਿਆ ਹੈਗਾ, ਦੇਖੋ ਹਾਲੇ ਸਾਡੀ ਸਰਕਾਰ ਬਣੇ ਨੂੰ ਮਜੇ 11 ਮਹੀਨੇ ਹੋਏ ਹੈਗੇ ਆ, ਅਤੇ ਅਸੀਂ ਵੀ ਚਾਹੁੰਦੇ ਹੈਗੇ, ਸਾਡੀ ਸਰਕਾਰ ਵੀ ਚਾਹੁੰਦੀ ਹੈ ਕਿ ਜਿਹੜਾ ਕ੍ਰਾਈਮ ਰੇਟ ਹੈਗਾ ਉਹ ਘਟਾਉਣਾ ਘਟਣਾ ਚਾਹੀਦਾ, ਅਤੇ ਸਾਨੂੰ ਪੂਰਨ ਆਸ ਹੈਗੀ ਆ ਕਿ ਜਿਹੜੀ ਸਾਡੀ ਪੰਜਾਬ ਦੀ ਪੁਲਿਸ ਹੈਗੀ ਆ ਉਹ ਪੂਰੀ ਮੁਸਤੈਦੀ ਨਾਲ ਕੰਮ ਕਰਕੇ ਇਹਨਾਂ ਵਾਰਦਾਤਾਂ ਜਿਹੜੇ ਹੁੰਦੇ ਹੈਗੇ ਆ ਇਹਨਾਂ ਨੱਤ ਪਾਈ ਜਾਏਗੀ, ਔਰ ਜੇ ਘੱਟੋ ਘੱਟ ਜਿਹੜੀ ਵਾਰਦਾਤ ਹੈਗੀ ਆ ਹੋ ਰਹੀ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਘਟਾਇਆ ਜਾਏਗਾ ਜੀ। ਜੀ ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ। ਥੈਂਕ ਯੂ ਸਰ, ਥੈਂਕ ਯੂ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਓਕੇ ਜੀ। ਸੋ ਇਹ ਸਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਜੀ, ਜਿਨ੍ਹਾਂ ਨੇ ਅਹਿਮ ਚਰਚਾ ਕੀਤੀ ਆ ਸਾਡੇ ਨਾਲ ਸਿਆਸੀ ਮਸਲਿਆਂ 'ਤੇ, ਸਿਆਸੀ ਮਾਮਲਿਆਂ 'ਤੇ। ਸੋ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਂਝੀ ਸੋ ਟੀ ਵੀ ਨਾਲ। ਧੰਨਵਾਦ।